ਪੁਲਿਸ ਸਾਡੇ ਰੱਖਿਆ ਵਾਸਤੇ ਆ ਪ੍ਰਦਰਸ਼ਨ ਕਰ ਰਹੇ ਕਿਆ ਕਰ ਰਹੇ ਪ੍ਰਦਰਸ਼ਨ ਕੀਤਾ ਜਾ ਰਿਹਾ ਪ੍ਰਦਰਸ਼ਨ ਅਸੀਂ ਇਹ ਕਰਕੇ ਬੋਲਣ ਡਿਆ ਵੀ 7 ਲੱਖ ਸਜ਼ਾ ਜੁਰਮਾਨਾ ਦੇ 10 ਸਾਲ ਦੀ ਸਜ਼ਾ ਆ ਕਿੱਥੋਂ ਭਰਾਂਗੇ ਅਸੀਂ ਕਿੱਥੋਂ ਭਰਾਂਗੇ ਇਹ ਸਾਰਿਆਂ ਨੇ ਆ ਕੇ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਆ, ਪਰ ਇਹੋ ਜਿਹਾ ਨਹੀਂ ਪਰਚਾ ਹੋ ਜਾਏਗਾ। ਤੋ ਜਿਹੜੇ ਸਿਆਣੇ ਬੰਦਿਆਂ ਨੇ ਸਮਝ ਕੇ ਆਪੇ ਹੀ ਰਾਹ ਸਾਡਾ ਸਹਿਯੋਗ ਕਰਕੇ ਖਾਲੀ ਕਰਤਾ, ਟ੍ਰੈਫਿਕ ਤੁਹਾਡੇ ਸਾਹਮਣੇ ਅਸੀਂ ਰੈਗੂਲੇਟ ਕਰਤੀ। ਚਲੋ ਕੋਈ ਨਹੀਂ, ਹਰ ਬੰਦੇ ਦਾ ਆਪਣਾ ਆਪਣਾ ਮਤ ਹੈ, ਕੋਈ ਕੁਛ ਤਰ੍ਹਾਂ ਬੋਲਦਾ, ਕੋਈ ਕਿਸੇ ਤਰ੍ਹਾਂ ਬੋਲਦਾ। ਬੇਸਿਕਲੀ ਕਾਨੂੰਨ ਸਰਵ ਪ੍ਰਿਯ ਹੈ, ਸਭ ਤੋਂ ਉੱਤਮ ਹੈ, ਕਾਨੂੰਨ ਬਹਾਲ ਹੋਣਾ ਚਾਹੀਦਾ। ਤੁਹਾਡੇ ਸਾਹਮਣੇ ਜੀ ਦੇਖੋ ਚੱਲ ਰਿਹਾ ਨਾ, ਉਹ ਮੇਰਾ ਸਹਿਯੋਗ ਸਮਾਜ ਕਰਦਾ ਜੀ, ਉਹਨਾਂ ਨੂੰ ਆ ਕੇ ਸਮਝਾਇਆ ਵੀ ਇਹ ਹਾਈਵੇ ਆ, ਇਹਦੇ 'ਤੇ ਆਪਾਂ ਨੇ ਭੈਣ ਭਰਾ ਹੀ ਚੱਲਦੇ ਆ, ਉਹਨੂੰ ਰੋਕਣਾ ਗੈਰ ਕਾਨੂੰਨੀ। ਉਹਨਾਂ ਨੇ ਮੇਰਾ ਬਾਈ ਲਿਆ।